ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਨੀਟਿੰਗ ਚੈਨਲ 'ਤੇ। ਅਤੇ ਅੱਜ ਮੈਂ ਤੁਹਾਡੇ ਲਈ ਸਿੱਧੀਆਂ ਲਾਈਨਾਂ ਵਿੱਚ ਪੈਣ ਵਾਲਾ ਇੱਕ ਡਿਜ਼ਾਇਨ ਲੈ ਕਰ ਆਈ ਹਾਂ। ਬਹੁਤ ਸੋਹਣਾ ਡਿਜ਼ਾਇਨ ਹੈ, ਤਿੰਨ ਤਿੰਨ ਕੁੰਡਿਆਂ 'ਤੇ ਡਿਜ਼ਾਇਨ ਪੈਂਦਾ। ਇੱਕ ਇੱਕ ਕੁੰਡੇ ਦਾ ਵਿੱਚ ਮੈਂ ਗੈਪ ਰੱਖਿਆ ਹੈਗਾ ਔਰ ਇੱਕ ਇੱਕ ਕੁੰਡਾ ਲਾਸਟ ਵਿੱਚ ਰੱਖਿਆ ਹੈਗਾ ਐਕਸਟਰਾ। ਅਤੇ ਡਿਜ਼ਾਇਨ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ। ਡਿਜ਼ਾਇਨ ਵੈਸੇ ਤਾਂ ਇੱਕ ਸਿਲਾਈ ਦਾ ਹੀ ਹੈ, ਲੇਕਿਨ ਇਹ ਪੁੱਠੀ ਸਿਲਾਈ ਹੈ ਜਿਹੜੀ ਕਿ ਮੈਂ ਪਾ ਰਹੀ ਹਾਂ। ਇੱਧਰਲੇ ਪਾਸਿਓਂ ਇੱਕ ਕੁੰਡਾ ਸਿੱਧਾ ਔਰ ਤਿੰਨ ਕੁੰਡੇ ਪੁੱਠੇ ਇਸ ਤਰ੍ਹਾਂ ਪਾਵਾਂਗੇ। ਤਿੰਨ ਕੁੰਡੇ ਪੁੱਠੇ ਇੱਕ ਸਿੱਧਾ, ਫਿਰ ਤਿੰਨ ਪੁੱਠੇ। ਇਹ ਤਿੰਨ ਤਿੰਨ ਕੁੰਡਿਆਂ 'ਤੇ ਸਾਡਾ ਡਿਜ਼ਾਇਨ ਬਣਨ ਵਾਲਾ ਔਰ ਇੱਕ ਇੱਕ ਕੁੰਡਾ ਵਿੱਚ ਅਸੀਂ ਰੱਖਿਆ ਹੈ। ਕੁੱਲ ਤਿੰਨ ਫਲੀਆਂ ਮੈਂ ਬਣਾਉਂਗੀ। ਵਧੀਆ ਡਿਜ਼ਾਇਨ, ਬਹੁਤ ਹੀ ਸੌਖਾ ਡਿਜ਼ਾਇਨ ਹੈ। ਅਤੇ ਹੁਣ ਡਿਜ਼ਾਇਨ ਬਣਾਉਣਾ ਸ਼ੁਰੂ ਕਰਦੇ ਹਾਂ ਆਪਾਂ ਨੇ। ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰ ਲਿਆ, ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬੁਣ ਲਿਆ, ਧਾਗਾ ਪਿੱਛੇ ਕਰ ਲੈਣਾ। ਇਹ ਤਿੰਨ ਕੁੰਡੇ ਸਿੱਧੇ ਆ, ਇਹਨਾਂ 'ਚੋਂ ਪਹਿਲੇ ਕੁੰਡੇ ਨੂੰ ਅਸੀਂ ਇਸ ਤਰ੍ਹਾਂ ਬਿਨਾਂ ਬੁਣੇ ਹੀ ਉਤਾਰ ਲਿਆ ਔਰ ਅਗਲੇ ਦੋ ਕੁੰਡੇ ਅਸੀਂ ਬੁਣ ਲੈਣੇ ਆ ਇਸ ਤਰ੍ਹਾਂ। ਉਸ ਤੋਂ ਬਾਅਦ ਪਹਿਲੇ ਵਾਲੇ ਕੁੰਡਾ ਜਿਹੜਾ ਅਸੀਂ ਬਿਨਾਂ ਬੁਣੇ ਛੱਡਿਆ ਸੀ, ਇਸ ਨੂੰ ਇਸ ਤਰ੍ਹਾਂ ਉੱਪਰ ਦੀ ਲੈ ਕੇ ਔਰ ਦੁਬਾਰਾ ਇਹਨੂੰ ਇੱਥੋਂ ਦੀ ਬੁਣ ਲੈਣਾ ਇਸ ਤਰ੍ਹਾਂ। ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ, ਫਿਰ ਇਹ ਕੁੰਡੇ ਨੂੰ ਅਸੀਂ ਬਿਨਾਂ ਬੁਣੇ ਉਤਾਰਿਆ, ਦੋ ਕੁੰਡੇ ਅਸੀਂ ਬੁਣ ਲਏ ਸਿੱਧੇ। ਜਿਹੜਾ ਕੁੰਡਾ ਅਸੀਂ ਬਿਨਾਂ ਬੁਣੇ ਛੱਡਿਆ ਸੀ, ਇਸ ਨੂੰ ਉੱਪਰ ਦੀ ਉਲਟਾ ਕੇ ਬੁਣ ਲੈਣਾ ਇਸ ਤਰ੍ਹਾਂ। ਪੁੱਠੀ ਸਿਲਾਈ ਜਿਹੜੀ ਹੈਗੀ ਆ, ਉਹ ਜਿਹੜੇ ਕੁੰਡੇ ਪੁੱਠੇ ਆ ਉਹਨਾਂ ਨੂੰ ਅਸੀਂ ਪੁੱਠੇ ਹੀ ਬੁਣਨਾ ਔਰ ਜਿਹੜੇ ਕੁੰਡੇ ਸਿੱਧੇ ਆ ਉਹਨਾਂ ਨੂੰ ਅਸੀਂ ਸਿੱਧੇ ਹੀ ਬੁਣਾਂਗੇ। ਤਿੰਨ ਕੁੰਡੇ ਪੁੱਠੇ ਔਰ ਇੱਕ ਸਿੱਧਾ, ਇਹ ਪੁੱਠੇ ਪਾਸੇ ਤੋਂ ਇਸ ਤਰ੍ਹਾਂ। ਬਣਿਆ ਹੋਇਆ ਡਿਜ਼ਾਇਨ ਮੈਂ ਤੁਹਾਨੂੰ ਦਿਖਾਉਂਦੀ ਹਾਂ ਵੀ ਇਹ ਡਿਜ਼ਾਇਨ ਕਿਸ ਤਰ੍ਹਾਂ ਦਾ ਲੱਗਦਾ। ਅਗਲੀ ਜਿਹੜੀ ਸਿਲਾਈ ਹੈ ਉਹ ਅਸੀਂ ਪਹਿਲਾਂ ਦੀ ਤਰ੍ਹਾਂ ਹੀ ਰਿਪੀਟ ਕਰਾਂਗੇ। ਹਰ ਵਾਰੀ ਸਿੱਧੀ ਸਿਲਾਈ ਦੇ ਵਿੱਚ ਕੁੰਡੇ ਉਲਟਾਵਾਂਗੇ ਔਰ ਪੁੱਠੀ ਸਿਲਾਈ ਜਿਹੜੀ ਹੈਗੀ ਹੈ ਪੁੱਠਿਆਂ ਦੇ ਉੱਪਰ ਪੁੱਠੇ ਔਰ ਸਿੱਧਿਆਂ ਦੇ ਉੱਪਰ ਸਿੱਧੇ, ਇਸੇ ਤਰ੍ਹਾਂ ਹੀ ਬਣੇਗੀ। ਅਤੇ ਬਣਿਆ ਹੋਇਆ ਡਿਜ਼ਾਇਨ ਇਸ ਤਰ੍ਹਾਂ ਦਾ ਲੱਗਦਾ। ਦੇਖੋ ਜੀ, ਇਸ ਕਰਕੇ ਡਿਜ਼ਾਇਨ ਤੁਹਾਡੇ ਪਸੰਦ ਆਇਆ ਹੋਵੇ ਤਾਂ ਇਸਨੂੰ ਲਾਈਕ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ।